ਸਹੀ ਹੋ ਹੈ ਨਾ ਅਸੀਂ ਨਾ ਅਸਲ ਚ ਕੀ ਹੈਗਾ ਅਸੀਂ 9 ਸਾਲ ਪਿਛਲੇ ਆਮ ਆਦੀ ਪਾਰਟੀ ਨਾਲ ਬਿਲਕੁਲ ਫਾਊਂਡਰ ਮੈਂਬਰ ਹਾਂ ਅਸੀਂ ਕਰਪਸ਼ਨ ਦੇ ਖਿਲਾਫ ਲੜਾਈ ਲੜ ਰਹੇ ਸੀ ਠੀਕ ਹੈ ਜੀ ਗੱਲ ਚਲੋ ਸਾਨੇ ਪਾਰਟੀ ਫੇਰੇ ਗੱਲਾਂ ਹੋਈਆਂ ਸਾਨੇ ਪਾਰਟੀ ਆਪਣਾ ਪੱਖ ਰੱਖਿਆ ਨਹੀਂ ਸੁਣਿਆ ਗਿਆ ਸਾਨੇ ਪਾਰਟੀ ਛੱਡ ਅਸੀਂ ਉਹਨੂੰ ਆਰਟੀ ਪਾਈ ਸੀਗੀ ਜੀ ਸਾਨੇ ਕਮੇਡੀ ਨਾਲੇ ਠੇਕੇ ਬਾਰੇ ਆਰਟੀ ਪਾਈ ਸੀਗੀ ਜੀ ਅਸੀਂ ਕੱਲ੍ਹ ਬਲਕਿ ਉਹਦੀ ਸਾਨੇ ADC ਨੂੰ ਅਪੀਲ ਵੀ ਪਾਈ ਹੈ ਕੱਲ੍ਹ ਜਵਾਬ ਨਹੀਂ ਦਿੱਤਾ ਇਹਨਾਂ ਨੇ ਕੋਈ ਜੀ ਸਾਨੂੰ ਧਮਕੇ ਤਿਆਰ ਸੀ ਵੀ ਤੁਸੀਂ ਸਟੈਂਡ ਦੀ ਸੁਣੇ ਆਰਟੀ ਪਾਤੀ ਸੁਣੇ ਸੁਣੇ ਉੱਥੇ ਆਰਟੀ ਪਾਤੀ ਜਾਂ ਲੋਕ ਜਿਹੜੇ ਵੀ ਮਤਲਬ ਸਰਕਾਰ ਦੇ ਨਾਭੇ ਦੇ ਵਿੱਚ ਖਾਸ ਕਰਕੇ ਜਿਹੜੇ ਇਹ ਨਾਭੇ ਕਰਪਸ਼ਨ ਹੋ ਰਹੀ ਹੈ ਬੋਰਡ ਨੇਗੇ ਉਹਨਾਂ ਦਾ ਮਿਕਾਰ ਮੈਨੂੰ ਟਾਰਗੇਟ ਕੀਤਾ ਵੀ ਨਰਿੰਦਰ ਕਰਾ ਰਿਹਾ ਸਾਰਾ ਕੁਝ ਇਹ ਠੀਕ ਹੈ ਨਾ ਅਤੇ ਪਹਿਲਾਂ ਮੈਨੂੰ ਥਾਣੇ 'ਚ ਬੁਲਾ ਕੇ ਵੀ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਰਕੇਸ਼ ਕੁਮਾਰ ਜੀ ਨੇ ਮੈਨੂੰ ਬੁਲਾਇਆ ਕਤਵਾਲੀ 'ਚ ਮੈਨੂੰ ਜੀ ਠੀਕ ਹੈ ਜੀ ਗੱਲ ਮੈਨੂੰ ਕਹਿੰਦੇ ਵੀ ਉਹ ਤੁਸੀਂ ਸਰਕਾਰ ਦੇ ਖਿਲਾਫ ਪੋਸਟਾਂ ਨਾ ਪਾਓ ਮੈਂ ਕਿਹਾ ਸਰ ਮੈਂ ਸਰਕਾਰ ਦੇ ਖਿਲਾਫ ਕਿਹੜੀ ਪੋਸਟ ਪਾਈ ਹੈ ਮੈਂ ਇਹੀ ਗੱਲ ਕਹੀ ਸੀ ਵੀ 30 ਲੱਖ ਰੁਪਇਆ ਨਾਲੇ ਸਫਾਈ ਦਾ ਠੇਕਾ ਹੋਇਆ ਜਿਹੜੇ ਇਹਦੇ ਰਿਸ਼ਤੇਦਾਰਾਂ ਨੇ ਪੈਸੇ ਖਾਧੇ ਨੇ ਦੇ ਮਾਂ ਦੇ ਰਿਸ਼ਤੇਦਾਰਾਂ ਨੇ ਜੀ ਠੀਕ ਹੈ ਨਾ ਜਾਂਚ ਕਰਾਈ ਜਾਵੇ ਜੀ ਇੰਨੀ ਗੱਲ ਦੇ ਉੱਤੇ ਮੈਨੂੰ ਧਮਕੇ ਦਿੱਤੀ ਮੈਨੂੰ ਕੀ ਸਾਰੇ ਸਾਡੇ ਜਿੰਨੇ ਪਾਰਟੀ ਪੁਰਾਣੇ ਵਲੰਟੀਅਰ ਸਭ ਛੱਡ ਗਏ ਪਾਰਟੀ ਜੀ ਸਭ ਨੂੰ ਧਮਕੇ ਦਿੱਤੇ ਜਾ ਰਹੇ ਅਸੀਂ ਪਾਰਟੀ ਦੇ ਹਾਈਕਮਾਨ ਤੱਕ ਬਥੇਰਾ ਸਾਨੂੰ ਜ਼ੋਰ ਲਾਇਆ ਸਾਡੀ ਪਾਰਟੀ ਨਾਲ ਕੋਈ ਵਿਰੋਧ ਨਹੀਂ ਹੈ ਪਰ ਜੇ ਜਿਸ ਚੀਜ਼ ਦੀ ਅਸੀਂ ਲੜਾਈ ਲੜ ਰਹੇ ਸੀ ਸਾਡੀ ਲੜਾਈ ਸੱਚ ਵਾਸਤੇ ਸੀ ਵੀ ਅਸੀਂ ਕਰਪਸ਼ਨ ਫ੍ਰੀ ਨਾਭਾ ਬਣਾਈਏ ਆਪਣਾ ਉਰੇ ਕਰਪਸ਼ਨ ਨਾ ਹੋਵੇ ਜੀ ਪਰ ਉਹੀ ਕਰਪਸ਼ਨ ਦੇ ਤਾਂ ਸਾਡੇ ਬੰਦੇ ਕਰਨ ਲੱਗੇ ਹੋਏ ਜਿਹੜੇ ਬੰਦੇ ਇਸ ਲਈ ਮੈਂ ਇਸ ਗੁੱਸੇ 'ਚ ਹੀ ਮੈਨੇ ਪਾਰਟੀ ਛੱਡੀ ਸੀ ਮੈਨੇ ਜੀ ਅਤੇ ਉਹ ਇਹਨਾਂ ਦੇ ਭਾਈ ਦੇਵ ਮਾਨ ਇਹਦਾ ਭਾਈ ਗੁਲਾਬ ਮਾਨ ਅਤੇ ਕਪਿਲ ਮਾਨ ਅਸੀਂ ਜਦੋਂ ਕੋਈ ਆਰਟੀ ਪਾਉਂਦੇ ਹਾਂ ਕਰਪਸ਼ਨ ਤੋਂ ਬਾਰੇ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਖੁੰਦਕ ਹੈ ਵੀ ਸਾਡੇ ਨਾਮ ਦੇ ਉੱਤੇ ਵੀ ਸਾਨੂੰ ਜਾਂ ਮੈਂ ਜਾਂ ਸਾਡੇ ਵਲੰਟੀਅਰ ਪਾਉਂਦੇ ਨੇ ਉਸ ਗੱਲ ਦੀ ਇਹਨਾਂ ਨੂੰ ਖੁੰਦਕ ਸੀ ਜੀ ਇਸ ਕਰਕੇ ਧਮਕਾਉਣ ਦੀ ਕੋਸ਼ਿਸ਼ ਕਰਨ ਲੱਗੇ ਹੋਏ ਨੇ ਜੀ ਇਹ ਪਰ ਮੈਂ ਤੁਹਾਨੂੰ ਦੱਸਾਂ ਗੱਲ ਕਿ ਮੈਨੂੰ ਜੀ ਧਰਨਾ ਵੀ ਦੇਣਾ ਪਿਆ ਮੈਨੂੰ ਭੁੱਖ ਹੜਤਾਲ ਵੀ ਕਰਨੀ ਮਰਨ ਵਰਤ ਵੀ ਰੱਖਣਾ ਪਿਆ ਮੈਂ ਉਹਨਾਂ ਨੂੰ ਛੱਡਦਾ ਨਹੀਂ ਹੋਇਆ ਜੀ ਮੈਂ ਜਿਹੜੇ ਬੰਦਿਆਂ ਨੇ ਦੇਖੋ ਪਾਰਟੀ ਹੈ ਪਾਰਟੀ ਸੱਚ ਦੇ ਆਧਾਰ 'ਤੇ ਆਈ ਸੀ ਪਰ 90 ਵਿੱਚ ਪਾਰਟੀ ਉਹ ਕੰਮ ਨਹੀਂ ਕਰ ਰਹੀ ਮੈਂ 90 ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਵੀ ਮੈਨੂੰ ਇੱਕ ਬੰਦਾ ਦਿਖਾ ਦਿਓ 90 ਦਾ ਜਿਨ੍ਹਾਂ ਨੇ ਅੰਦੋਲਨ 90 'ਚ ਪਾਰਟੀ ਨੂੰ ਖੜਾ ਕੀਤਾ ਅੱਜ ਨੂੰ ਇੱਕ ਬੰਦਾ ਦਿਖਾ ਦਿਓ ਮੈਂ ਗਲਤ ਹੋ ਸਕਦਾ ਹੈਗਾ ਮੈਨੂੰ ਬਾਕੀ ਬੰਦੇ ਦਿਖਾ ਦਿਓ 90 ਦਾ ਸੋਸ਼ਲ ਮੀਡੀਆ ਇੰਚਾਰਜ ਜਿਹੜਾ ਸੁਰਜੀਤ ਸਿੰਘ ਦੁੱਧ ਹੈ ਬਕਾਇਦਾ ਉਹ ਪਾਰਟੀ 'ਚ ਲਿਖ ਕੇ ਦੇ ਰਿਹਾ ਭਾਈ ਵੀ 90 'ਚ ਕਰਪਸ਼ਨ ਹੋ ਰਹੀ ਹੈ ਜਾਂਚ ਕਰਾਈ ਜਾਵੇ ਉਸ ਕਰਪਸ਼ਨ ਕਰਕੇ ਸਾਡੇ 'ਤੇ ਹਮਲਾ ਕਰਾਇਆ ਗਿਆ ਜੀ ਇਹ ਜੀ ਅਸੀਂ ਆਰਟੀ ਨੇ ਪਾਈਏ ਕੱਲ੍ਹ ਚੇਤਨ ਸਿੰਘ ਜੋੜਾ ਮੱਜਰਾ ਜੀ ਨੂੰ ਮਿਲ ਕੇ ਆਏ ਹਾਂ ਅਸੀਂ ਠੀਕ ਹੈ ਨਾ ਜੀ ਉੱਥੇ ਮਿਲ ਕੇ ਆਏ ਤਾਂ ਵੀ ਮੱਚੇ ਪਏ ਨੇ ਵੀ ਅਸੀਂ ਉਹਨਾਂ ਨੂੰ ਕਿਵੇਂ ਮਿਲ ਕੇ ਆਏ ਹਾਂ ਜੀ ਮੇਨ ਕਾਰਨ ਇਹਨਾਂ ਦਾ ਇਹ ਹੈ ਵੀ ਅਸੀਂ ਕਰਪਸ਼ਨ ਤੋਂ ਉਹਨਾਂ ਨੂੰ ਰੋਕਦੇ ਹਾਂ ਨਾ ਉਹਨਾਂ ਨੂੰ ਬੰਦੇ 12-13 ਬੰਦੇ ਸੀ ਉਹਨਾਂ ਕੋਲ ਹਥਿਆਰ ਵੀ ਸੀਗੇ ਜੀ ਉਹ ਪਤਾ ਨਹੀਂ ਕੈਮਰੇ ਕਰਕੇ ਡਰ ਕੇ ਭੱਜ ਗਏ ਜੀ ਉਹ ਹੱਥੋਂਪਾਈ ਵੀ ਕੀਤੀ ਉਹਨੇ ਬਹੁਤ ਮਤਲਬ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੂਰੀ ਉਹਨਾਂ ਨੇ ਵੀ ਮਤਲਬ ਉਹਨਾਂ ਵੱਲੋਂ ਕੋਈ ਕਸਰ ਨਹੀਂ ਸੀ ਉਹਨਾਂ ਵੱਲੋਂ ਜੀ ਬੰਦੇ ਸਰ ਮੈਂ ਜਦੋਂ ਕਿਲੇ ਮੈਂ ਉੱਧਰੋਂ ਕਿਲੇ ਕਿ ਆਇਆ ਮੈਂ ਤਾਂ ਗੱਡੀ ਦੇ 12-13 ਬੰਦੇ ਸੀ ਉੱਥੇ ਜੀ ਪਰ ਜਿਹੜੇ ਪਿੱਛੇ ਬੰਦੇ ਆਏ ਨੇ ਮੇਰੇ ਪਹਿਲਾਂ ਇੱਕ ਬੰਦਾ ਆਇਆ ਫਿਰ 5-6 ਬੰਦੇ ਆ ਗਏ ਉੱਥੇ ਜੀ ਬਾਕੀ ਬੰਦੇ ਪਿੱਛੇ ਗੱਡੀ ਨਾਲ ਖੜੇ ਸੀ ਬੰਦੇ ਪਿੱਛੇ ਜੀ ਨਹੀਂ ਮੈਂ ਉਹਨਾਂ ਬੰਦਿਆਂ ਨੂੰ ਨਹੀਂ ਜਾਣਦਾ ਮੈਂ ਉਹਨਾਂ ਬਾਰੇ ਬੰਦੇ ਨਹੀਂ ਜਾਣਦਾ ਜੀ ਮੈਂ ਮੰਗਦਾ ਕਿ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ ਜਿਨ੍ਹਾਂ ਬੰਦਿਆਂ ਨੇ ਕੋਨਸਪੀਰੇਸੀ ਰਚੀ ਹੈ ਉਹ ਤਾਂ ਇੱਕ ਕਿਰਾਏ ਟੱਟੂ ਹੋ ਸਕਦੇ ਨੇ ਜੀ ਬੰਦੇ ਜੀ ਪਰ ਜਿਹੜੇ ਇਸ ਦੇ ਪਿੱਛੇ ਨੇ ਮੇਨ ਪਿੱਛੇ ਗੁਲਾਬ ਮਾਨ ਅਤੇ ਉਹਦਾ ਭਾਈ ਕਪਿਲ ਮਾਨ ਕੋਨਸਪੀਰੇਸੀ ਹੈ ਜੀ ਇਹ 90 ਸਾਰੇ ਵਰਕਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦੇਖੋ ਜੀ ਮੈਂ ਗੁੱਸੇ 'ਚ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਪਰ ਮੈਂ ਉਸ ਦਿਨ ਤੋਂ ਬਾਅਦ ਮੈਂ ਜੋ ਜੁਆਇਨ ਕੀਤੀ ਮੈਂ ਮੁੜ ਕੇ ਇੱਕ ਕਾਂਗਰਸ ਪਾਰਟੀ ਕਦੀ ਗਿਆ ਨਹੀਂ ਮੇਰਾ ਅੱਜ ਦੀ ਡੇਟ 'ਚ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਮੇਰਾ ਜੀ ਮਿਲ ਕੇ ਆਇਆ ਉਹ ਮਿੱਤਰ ਹੈ ਮੇਰੇ ਅਸੀਂ ਇਕੱਠੇ ਸੰਘਰਸ਼ ਕੀਤਾ ਹਾਲੇ ਜੀ ਅਸੀਂ ਇਕੱਠੇ ਸੰਘਰਸ਼ ਸਾਥੀ ਹਾਂ ਆਪਣੇ ਸਾਥੀ ਆਉਣ ਦੇ ਨਾਤੇ ਉਹਨੂੰ ਮਿਲ ਕੇ ਆਏ ਹਾਂ ਕੋਈ ਦਿੱਕਤ ਨਹੀਂ ਡਾਕਟਰ ਬਲਵੀਰ ਸਾਹਿਬ ਨੇ MLA ਪਟਿਆਲਾ ਬਹੁਤ ਵਧੀਆ ਬੰਦੇ ਆ ਪੁਰਾਣੇ ਸਾਨੇ ਕੰਮ ਕੀਤਾ ਸਾਨੇ ਸੰਘਰਸ਼ ਵੇਲੇ ਕੰਮ ਕੀਤਾ ਅਸੀਂ ਆਪਣੇ ਦੋਸਤ ਆਉਣ ਦੇ ਨਾਤੇ ਮਿਲ ਕੇ ਆਉਣਾ ਜੀ ਕਰ ਲੈਂਦੇ ਗੱਲ ਇਹ ਜੀ ਕੋਈ ਗੱਲ ਹੋਊਗੀ ਮਤਲਬ ਆਮ ਆਦਮੀ ਆਮ ਨਾਗਰਿਕ ਪੂਰਾ ਅਧਿਕਾਰ ਹੈ।